ਅਸੀਂ ਇਸ ਵੇਲੇ ਖੜ੍ਹੇ ਹਾਂ ਪੰਚਕੂਲਾ ਅਦਾਲਤ ਨੂੰ ਜਾਂਦੇ ਉਸ ਰੋਡ 'ਤੇ ਜਿੱਥੇ ਡੇਰਾ ਪ੍ਰੇਮੀਆਂ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨੇ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਿਕਿਉਰਿਟੀ ਹੈ ਉੱਥੇ ਬਹੁਤ ਟਾਈਟ ਕੀਤੀ ਗਈ ਹੈ, ਇੱਥੋਂ ਸੜਕ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਡੇਰਾ ਪ੍ਰੇਮੀ ਕੋਰਟ ਤੱਕ ਨਾ ਪਹੁੰਚ ਸਕਣ। ਫਿਲਹਾਲ ਇੱਥੇ ਥੋੜ੍ਹੀ ਬਹੁਤੀ ਆਵਾਜਾਈ ਜਿਹੜੀ ਉਹ ਜਾਰੀ ਹੈ, ਪਰ ਇਸ ਤੋਂ ਅਗਲਾ ਜਿਹੜਾ ਚੌਂਕ ਹੈ ਉੱਥੇ ਬਿਲਕੁਲ ਤਾਰਾਂ ਨਾਲ ਜਿਹੜਾ ਉਹ ਸੜਕ ਸੀਲ ਕਰ ਦਿੱਤੀ ਗਈ ਹੈ। ਭਾਰੀ ਗਿਣਤੀ ਵਿੱਚ ਡੇਰਾ ਪ੍ਰੇਮੀ ਇੱਥੇ ਇਕੱਤਰ ਹੋਏ ਨੇ, ਬੱਚੇ, ਬੁੱਢੇ, ਔਰਤਾਂ, ਸਾਰੇ ਵਰਗ ਦੇ ਲੋਕ ਇੱਥੇ ਜੋ ਡੇਰਾ ਪ੍ਰੇਮੀ ਨੇ ਉਹ ਸਾਰੇ ਇਕੱਤਰ ਹੋਏ ਨੇ। ਇੱਥੇ ਕੋਈ ਡੇਰਾ ਸਮਰਥਕ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਪੰਚਕੂਲਾ ਰੋਡ 'ਤੇ ਬੈਠੇ ਹੋਏ ਨੇ, ਉਹਨਾਂ ਕੋਲ ਜਾਣਦੇ ਹਾਂ ਕਿ ਉਹ ਇੱਥੇ ਕਿਉਂ ਬੈਠੇ ਹੋਏ ਨੇ, ਕਿਉਂ ਤੁਸੀਂ ਇੱਥੇ ਬੈਠੇ ਹੋ ਜੀ? ਸਰ ਜੀ, ਯਹਾਂ ਪੇ ਕੱਲ੍ਹ ਕੋ ਹਮਾਰੇ ਪੂਜਨੀਏ ਹਜ਼ੂਰ ਗੁਰੂ ਜੀ ਮਹਾਰਾਜ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਕੇ ਜੋ ਕਿ ਝੂਠੇ ਕੇਸ ਚੱਲ ਰਹੇ ਹੈ ਉਨਕਾ ਰਿਜ਼ਲਟ ਆਨੇ ਵਾਲਾ ਹੈ, ਔਰ ਉਨਕੇ ਹੀ ਸਵਾਗਤ ਕੇ ਲਈ ਹਮ ਯਹਾਂ ਪੇ ਬੈਠੇ ਹੈ, ਔਰ ਹਮਾਰਾ ਸ਼ਾਂਤੀ ਕਾ ਰਾਸਤਾ ਹੈ, ਔਰ ਹਮੇਸ਼ਾ ਹੀ ਹਮ ਸ਼ਾਂਤੀ ਕੇ ਲਈ ਲੜੇ ਹੈ, ਔਰ ਸ਼ਾਂਤੀ ਕੇ ਲਈ ਹੀ ਹਮ ਯਹਾਂ ਪੇ ਬੈਠੇ ਹੋਏ ਹੈਂ। ਹਮਾਰਾ ਐਸਾ ਕੋਈ ਵੀ ਵਿਚਾਰ ਨਹੀਂ ਹੈ ਕਿ ਯਹਾਂ ਪੇ ਕੋਈ ਕਿਸੇ ਤਰ੍ਹਾਂ ਕੀ ਕੋਈ ਦੁਰਘਟਨਾ ਕਰੇ ਜਾਂ ਕੁਛ ਵੀ ਕਰੇ, ਹਮ ਸਿਰਫ ਹਮਾਰੇ ਗੁਰੂ ਜੀ ਕੇ ਦਰਸ਼ਨ ਦੀਦਾਰ ਕੇ ਲਈ ਔਰ ਸ਼ਾਂਤੀ ਵਿਵਸਥਾ ਕੇ ਲਈ ਹਮ ਯਹਾਂ ਪੇ ਬੈਠੇ ਹੈਂ, ਹਮਾਰਾ ਔਰ ਦੂਸਰਾ ਵੀ ਕੋਈ ਐਸਾ ਵਿਚਾਰ ਨਹੀਂ। ਫਿਰ ਦਰਸ਼ਨ ਦੀਦਾਰ ਨਾਮ ਚਰਚਾ ਵੇਲੇ ਵੀ ਹੁੰਦੇ ਹੋਣਗੇ, ਫਿਰ ਕਿਉਂ ਇੱਥੇ ਇੰਨਾ ਇਕੱਠ ਕਿਉਂ ਕੀਤਾ ਜਾ ਰਿਹਾ? ਐਕਚੁਅਲੀ ਜੋ ਹਮਾਰੇ ਸਾਹਿਬ ਇੱਕ ਮਿੰਟ ਯਾਰੋ ਇੱਥੇ ਤੁਸੀਂ ਦੇਖਿਆ ਕਿ ਡੇਰਾ ਪ੍ਰੇਮੀਆਂ ਦਾ ਕਹਿਣਾ ਹੈ, ਸਮਰਥਕਾਂ ਦਾ ਕਹਿਣਾ ਹੈ ਕਿ ਸਾਡੇ ਗੁਰੂ ਜੀ ਵੱਲੋਂ ਸਾਨੂੰ ਕੁਝ ਵੀ ਬੋਲਣ ਦੀ ਆਗਿਆ ਨਹੀਂ ਹੈ, ਅਜੇ ਹੁਕਮ ਨਹੀਂ ਹੋਇਆ, ਜਦੋਂ ਹੋਏਗਾ ਅਸੀਂ ਜ਼ਰੂਰ ਬੋਲਾਂਗੇ। ਇੱਥੇ ਸਾਡੇ ਨਾਲ ਕੋਈ ਡੇਰਾ ਸਮਰਥਕ ਮੌਜੂਦ ਨੇ, ਉਹਨਾਂ ਦਾ ਕੀ ਕਹਿਣਾ ਹੈ, ਇੱਥੇ ਕਿਉਂ ਇਕੱਤਰ ਹੋਏ ਨੇ ਉਹਨਾਂ ਤੋਂ ਜਾਣਦੇ ਹਾਂ, ਕਿਉਂ ਤੁਸੀਂ ਇੱਥੇ ਇੰਨਾ ਵੱਡਾ ਇਕੱਠ ਕਿਉਂ ਕੀਤਾ? ਦੇਖੀਏ, ਕੋਈ ਇੱਕ ਜਗ੍ਹਾ ਕਾ ਨਹੀਂ ਹੈ, ਪੂਰੇ ਭਾਰਤ ਕੇ ਲੋਕ ਹੈ, ਕੋਈ ਕਿਸੇ ਕੋਈ ਜਾਣਦਾ ਨਹੀਂ ਹੈ कि मैं भी बता दूँ हम लोग क्यों आए हैं। सबकी अपनी अपनी जैसे पता लगा है कि हमें जाना है, अपने श्रद्धि भक्ता दिखाना है, सुमरण करना है। तो ये वो लोग हैं जो मैं जितनी मेरे को जानकारी है कि जो गुरु के अपने कहने पर ट्री प्लांटेशन, ब्लड डोनेशन, हमारे देश की मिलिट्री को अगर सबसे ज़्यादा ब्लड की ज़रूरत पड़ती है लड़ाई में या वैसे बीमारी में, सबसे ज़्यादा ब्लड डोनेट डेरे के जो प्रेमी है वो कर। फैसले बारे तो की कहना है, कल फैसला आने वाला? देखिए जी, जो जितनी भी संगत है, जितना मैंने पढ़ा है, नेट से देखता हूँ, जानता हूँ कि ये अफवाह है, ज़्यादा फैला रखी है कि गुरुजी का ऐसे है वैसे है। ये तो एक सीबीआई कोर्ट का, जिसका हाई कोर्ट में भी अपील हो जाती है, ऊपर अपील की जाएगी। कोई ऐसा वो नहीं है कि जिसे बहुत बड़ा दंगे की उम्मीद है, सब लोग जानते हैं। कुछ अफवाह फैलाने वाले जो लोग हैं, रियल जो अराजक तत्व है, जो घुस करके कुछ भी कर सकते हैं कि इन लोगों के जो, तो पुलिस प्रशासन को आप मेरे जरिए ये मैसेज देवें कि आप लोगों को शांति पूरी बनाए रखिए, ये शांति प्रिय लोग हैं, ये दंगे फसाद में बिल्कुल विश्वास नहीं करते और ना करेंगे। ਕੁਛ ਡੇਰਾ ਸਮਰਥਕ ਸਾਡੇ ਨਾਲ ਮੌਜੂਦ ਨੇ ਜੋ ਕਿ ਪੰਚਕੂਲਾ ਰੋਡ ਤੇ ਬੈਠੇ ਨੇ, ਉਹਨਾਂ ਤੋਂ ਜਾਣਦੇ ਆ ਕੋਈ ਇੱਥੇ ਇਕੱਠੇ ਕਿਉਂ ਹੋਏ ਨੇ, ਕਿਉਂ ਤੁਸੀਂ ਇੱਥੇ ਇਕੱਠੇ ਹੋਏ? ਹਾਂ, ਆਪਣੇ ਗੁਰੂ ਕੇ ਲਈ ਇਕੱਠੇ ਹੋਏ, ਜੋ ਕਿ ਝੂਠਾ ਕੇਸ ਹੈ ਔਰ ਇਹ 10 ਸਾਲ ਸੇ ਕੇਸ ਚੱਲ ਰਿਹਾ ਹੈ, ਔਰ ਇਸਕੇ ਲਈ ਹਮ ਇਨਸਾਫ ਚਾਹਤੇ ਹੈ, ਇਸ ਕੇ ਲੀ ਬੜ ਚੜ ਕੇ ਹਮ ਕੁਛ ਵੀ ਕਰ ਸਕਤੇ ਹੈ। ਜੇ ਝੂਠਾ ਕੇਸ ਹੈ, ਜੇ ਫੈਸਲਾ ਖਿਲਾਫ ਆਉਂਦਾ ਹੈ ਗੁਰੂ ਜੀ ਦੇ, ਡੇਰਾ ਮੁਖੀ ਦੇ ਖਿਲਾਫ ਆਉਂਦਾ, ਫਿਰ ਤੁਹਾਡਾ ਅਗਲਾ ਸਟੈਪ? ਖਿਲਾਫ ਤੋਂ ਆਉਣ ਦੀ ਉਮੀਦ ਹੀ ਨਹੀਂ ਹੈ, ਜੋ ਹਮ ਸੱਚਾਈ ਪਿਆ ਤਾਂ ਹਮ ਖਿਲਾਫ ਕਿਉਂ ਆਏਗਾ? ਜੇ ਖਿਲਾਫ ਹੁੰਦਾ ਖਿਲਾਫ ਹੋਏਗਾ ਨਹੀਂ, ਹਮੇ ਆਪਣੇ ਵੀ ਗੁਰੂ ਪੇ ਵਿਸ਼ਵਾਸ ਹੈ। ਫਿਰ ਇੱਥੇ ਇੰਨਾ ਵੱਡਾ ਇਕੱਠ ਕਰਨ ਦੀ ਕੀ ਲੋੜ ਸੀ? ਹਮ ਆਪਣੇ ਗੁਰੂ ਕੇ ਲਈ ਆਏ ਹਾਂ, ਜੋ ਇਤਨਾ ਸੱਚਾ ਗੁਰੂ ਹੈ ਤਾਂ ਹਮ ਉਸਕੇ ਲਈ ਕੁਛ ਵੀ ਕਰ ਸਕਤੇ ਹੈ, ਆਪਣੀ ਜਾਨ ਤੱਕ ਵੀ ਦੇ ਦੇਂਗੇ। ਹਮ ਤਾਂ ਸੱਚਾਈ ਪੇ ਖੜੇ ਹਾਂ ਜੀ, ਠੀਕ ਹੈ ਨਾ? ਕੇਸ ਫਿਰ ਸੱਚਾਈ ਦਾ ਸਾਥ ਦੇ ਰਹੇ ਹਾਂ, ਕੋਈ ਸਾਹਮਣੇ ਤੋਂ ਆਇਆ ਕੇਸ ਕਰਨੇ ਵਾਲਾ, ਕੋਈ ਸਾਹਮਣੇ ਤੋਂ ਆਇਆ, 10 ਸਾਲ ਹੋ ਗਏ ਕੇਸ ਹੋਇਆ, ਨਾ ਕੋਈ ਸਾਹਮਣੇ ਆਇਆ ਪਿਆ ਮੰਨੇ ਕੇਸ ਕਰਿਆ, ਇੱਕ ਝੂਠੀ ਇੱਕ ਲੈਟਰ ਲਿਖ ਕੇ ਦੇ ਦਿਆ ਕੋਰਟ ਨੇ, ਉਸੇ ਪੇ ਬਵਾਲ ਖੜਿਆ ਕਰ ਰੱਖਿਆ। ਜਿਵੇਂ ਹੁਣ ਕਿਹਾ ਜਾ ਰਿਹਾ ਕਿ ਜਿਹੜੇ ਇਕੱਠ ਹੋਇਆ ਹੈ ਮਾਹੌਲ ਖਰਾਬ ਕਰਨ ਲਈ ਹੋਇਆ? ਕੋਈ ਮਾਹੌਲ ਖਰਾਬ ਨਹੀਂ ਕਰ ਗਿਆ, ਮਾਹੌਲ ਕਿਆ ਖਰਾਬ ਹੋਇਆ, ਕਿਆ ਖਰਾਬ ਹੋਇਆ, ਕਿਆ ਕੋਈ ਕਿਸੇ ਕੋਈ ਸ਼ਰਾਰਤ ਕਰੀ ਹੈ? 3 ਦਿਨ ਸੇ ਸੰਗਤ ਖੜੀ ਹੈ, ਕੋਈ ਇਹ ਬਤਾ ਦੋ ਪੂਰਾ ਸ਼ਹਿਰ ਮੇਂ ਕਿਸੇ ਵੀ ਇੱਕ ਇਨਸਾਨ ਨੇ ਯਹਾਂ ਸੇ ਵਹਾਂ ਕੁਛ ਵੀ ਇੱਕ ਪੱਤਾ ਵੀ ਲਾਇਆ ਹੋ? ਪਰੇਸ਼ਾਨ ਕਰੋ ਤੋ ਆਪ ਬਤਾਓ ਜੀ,
हम अपनी सच्चाई पे खड़े हैं और सच्चाई पे डटे रहेंगे। देखा हुआ जैसा हम साल एक साल दो साल तीन साल हम जिंदगी भी बिता देंगे यहाँ पे, हमें सच्चाई लेके जानी है। तो जहाँ जाते गंदगी जो उठाते हैं, गंदगी डालने जाते उठाते हैं, वहीं पे सफाई। जब डेरा अच्छे काम करता है तो दुनिया क्यों नहीं गंदी? एक झूठी पत्थर पर सारा बवाल खड़ा कर दिया, मतलब सारा केस झूठा बनाया। सब झूठे है, हम कुछ भी कर सकते हैं सिंचाई सामने लाने के लिए, कुछ भी कर सकते हैं। वो तो दिखाते हैं मीडिया। कभी सरकार ने ऐसा कदम उठाया कि किसी वैश्य का घर बसाया? 2400 ने बसाया। ਜੇਕਰ ਤੁਸੀਂ ਕਹਿ ਰਹੇ ਝੂਠਾ ਕੇਸ ਹੈ, ਝੂਠੇ ਕੇਸ ਦੇ ਵਿੱਚ ਵੀ ਜੇ ਖਿਲਾਫ ਚੱਲ ਜਾਂਦਾ ਮਸਲਾ ਤੇ ਫਿਰ ਅਗਲਾ ਸਟੈਪ? ਭਾਈ ਸਾਹਿਬ ਇਹ ਬਿਲਕੁਲ ਝੂਠਾ ਕੇਸ ਹੈ, ਹਮ ਇਸਕੀ ਸੱਚਾਈ ਸਾਹਮਣੇ ਲੈ ਕੇ ਆਏਂਗੇ। ਬਿਲਕੁਲ ਹਮਾਰਾ ਗੁਰੂ ਸੱਚਾ ਹੈ, ਹਮ ਉਸਕੀ ਸੱਚਾਈ ਕੇ ਲਈ ਕੁਛ ਵੀ ਕਰ ਸਕਦੇ ਹੈਂ। ਮੇਰਾ ਪੁੱਛਣ ਦਾ ਮਤਲਬ ਇਹ ਹੈ ਕਿ ਜੇ ਫੈਸਲਾ ਕੱਲ ਖਿਲਾਫ ਜਾਂਦਾ, ਜਿਵੇਂ ਤੁਸੀਂ ਕਿਹਾ ਝੂਠਾ ਕੇਸ ਹੈ, ਜੇ ਫੈਸਲਾ ਖਿਲਾਫ ਜਾਂਦਾ ਫਿਰ ਅਗਲਾ ਸਟੈਪ ਤੁਹਾਡਾ? ठीक है ना, सच्चाई की जीत होगी। कोशिश हम ये करेंगे हम प्रेम से, अच्छाई की बुराई की लड़ाई है। जब बुराई वो ज्यादा बढ़ती है नहीं, अच्छाई ज्यादा बढ़ती है, बुराई चिढ़ती है। तो अच्छाई की बुराई की लड़ाई हो यार, एक युग में हुई है, अभी होगी। कल 25 तारीख को कोई नया ऐतिहासिक आएगा। फिर एडा वड्डा इकट्ठ इत्थे क्यों किया गया? सारे समर्थक इत्थे इकट्ठे क्यों? मैं आप अपने सतगुरु के लिए इकट्ठे होए, उसके दर्शन के लिए इकट्ठे होए, अपने गुरु के दर्शन पाने के लिए कहीं दर्शन के लिए इकट्ठे होए। अपने सतगुरु पर हमें पूरा विश्वास है। तो ये जो झूठा केस है, जो हम इतनी बहने हमारी कोई नहीं सुनता, जो एक झूठी है वो उस लड़की की सरकार सुन रही है, तो मैं सुन नहीं देवांगे उसकी। झांसी की रानी है, आप भी डट के मुकाबला करेंगे। जे फैसला तो डे खिलाफ जानदा है तो फिर तो कुछ नहीं कर सकते। शांति ना ऐड है हमारे चाहे सारी जिंदगी बीच, हम लड़ांगे, कुछ नहीं कर सकते। बुराई के विरुद्ध लड़ांगे हम, बुराई होने साडा मकसद है। साडा मकसद यह है जी, असीं आपदे पंजाब पूरे हिंदुस्तान दे विच अमन शांति चाहते हैं। ठीक है जी, असीं अमन शांति बरकरार रखना चाहते हैं, उन्हूं भंग नहीं करना चाहते। पुलिस का असीं साथ देवांगे, अगर जे पुलिस साडी साथ संगत नाल ਧੱਕਾਸ਼ਾਹੀ ਕਰੇਗੀ, ਜੋ ਸਾਨੂੰ ਡੇਰੇ ਵੱਲੋਂ ਹੁਕਮ ਹੋਏਗਾ ਫਿਰ ਅਸੀਂ ਉਹ ਕਰਾਂਗੇ। ਕੀ ਹੁਕਮ ਤੋਂ ਤੁਹਾਡਾ ਕੀ ਮਤਲਬ? ਹੁਕਮ ਤੋਂ ਮੀਨਸ ਜੋ ਸਾਡਾ ਡੇਰਾ ਸਾਨੂੰ ਕਹੂਗਾ ਅਸੀਂ ਉਹ ਕਰਾਂਗੇ। ਫਿਰ ਜੇ ਸਾਡੀ ਸੰਗਤ ਨਾਲ ਕੋਈ ਕਿਸੇ ਕਿਸਮ ਦੀ ਹਰਕਤ ਹੁੰਦੀ ਹੈ, ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ। ਦੈਟਸ ਆਲ। ਗੁਰੂ ਜੀ ਨੇ ਹੁਣੇ ਉਹਨੇ ਟਵਿੱਟਰ ਤੇ ਸਾਰਿਆਂ ਨੂੰ ਵਰਲਡ ਵਿੱਚ ਮੈਸੇਜ ਦਿੱਤਾ ਕਿ ਅਸੀਂ ਹਮੇਸ਼ਾ ਕਾਨੂੰਨ ਦਾ ਸਨਮਾਨ ਕੀਤਾ ਤੇ ਹਮੇਸ਼ਾ ਸਨਮਾਨ ਕਰਦੇ ਰਵਾਂਗੇ, ਤੇ ਅਸੀਂ ਸਾਡੀ ਬੈਕ ਦੇ ਵਿੱਚ ਕਮਰ ਦਰਦ ਹੁੰਦੇ ਹੋਏ ਵੀ ਅਸੀਂ ਕੋਰਟ ਦੇ ਵਿੱਚ ਜ਼ਰੂਰ ਆਵਾਂਗੇ, ਤੇ ਅਸੀਂ ਭਗਵਾਨ ਤੇ ਦ੍ਰਿੜ ਵਿਸ਼ਵਾਸ ਰੱਖਿਆ ਸਾਡੀ ਜਿੱਤ ਜ਼ਰੂਰ ਹੋਵੇਗੀ। ਇਹ ਸਨ ਕੋਈ ਡੇਰਾ ਸਮਰਥਕ, ਜਿਹਨਾਂ ਕੁਛ ਹੋਰ ਡੇਰਾ ਸਮਰਥਕਾਂ ਨਾਲ ਇੱਥੇ ਗੱਲ ਕਰਦੇ ਹਾਂ, ਅਸੀਂ ਜਾਣਦੇ ਹਾਂ ਕਿ ਇੱਥੇ ਇੰਨਾ ਕਿਉਂ ਇਕੱਠੇ ਹੋਏ ਤੁਸੀਂ ਇੱਥੇ? ਅਸੀਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ। ਜਿਹੜਾ ਕੱਲ ਅਸੀਂ ਆਨੇ ਆ, ਜੋ ਫੈਸਲਾ ਹੋਏਗਾ ਜ਼ਰੂਰ ਵਧੀਆ ਹੋਏਗਾ, ਕਿਉਂਕਿ ਸਾਨੂੰ ਸਤਿਗੁਰ ਤੇ ਵਿਸ਼ਵਾਸ ਆ। ਹਮੇਸ਼ਾ ਬੁਰਾਈਆਂ ਨੂੰ ਉਹਨਾਂ ਨੇ ਮਿਟਾਇਆ ਏ, ਇੰਨੇ ਇੰਡੀਆ ਨੂੰ ਚ ਮੁਕਾਇਆ, ਹਰ ਸਾਨੂੰ ਸਾਧ ਸੰਗਤ ਨੂੰ ਚੰਗੇ ਰਸਤੇ। ਫਿਰ ਵੀ ਕਿਉਂ ਇਹ ਜਿਹੜਾ ਕੇਸ ਚਲਾਇਆ ਗਿਆ? ਕੇਸ ਵੇਖੋ ਜੀ, ਅੱਜ ਕੱਲ ਸੱਚਾਈ ਨੂੰ ਦਬਾਉਣ ਵਾਸਤੇ ਦਵਾਈ ਹਮੇਸ਼ਾ ਉੱਤੇ ਦੀ ਉੱਤੇ ਆਉਂਦੀ ਆਉਂਦੀ। ਅੱਜ ਕੱਲ ਜਿਹੜੇ ਕਰਨ ਵਾਲੇ ਬਹੁਤ ਕੁਛ ਕਰਦੇ ਪਏ ਆ, ਤੁਹਾਨੂੰ ਵੀ ਪਤਾ ਹੈ, ਤੁਸੀਂ ਵੀ ਮੀਡੀਆ ਵਾਲੇ ਬਹੁਤ, ਤੁਹਾਨੂੰ ਵੀ ਪਤਾ ਕੀ ਅੱਜ ਕੱਲ ਹੋ ਰਿਹਾ। ਜੇ ਫੈਸਲਾ ਜੇ ਖਿਲਾਫ ਜਾਂਦਾ ਤਾਂ ਫਿਰ ਨਹੀਂ? ਫੈਸਲਾ ਸਾਨੂੰ ਆਪਣੇ ਸਤਿਗੁਰ ਤੇ ਵਿਸ਼ਵਾਸ ਆ, ਫੈਸਲਾ ਕਦੇ ਨਹੀਂ ਉਧਰ ਜਾਏਗਾ, ਖਿਲਾਫ ਨਹੀਂ ਜਾਏਗਾ। ਜਿਸ ਗੁਰੂ ਨੇ 131 ਕਾਰੇ ਚਲਾਏ, ਐਡੇ ਚੰਗੇ ਚੰਗੇ ਕੰਮ ਕੀਤੇ, ਨਸ਼ੇ ਛਡਾਏ, ਲੋਕਾਂ ਨੂੰ ਚੰਗੇ ਰਾਹ ਚਲਾਇਆ, ਉਹ ਗੁਰੂ ਕਿਵੇਂ ਗਲਤ ਹੋ ਸਕਦਾ? ਉਹ ਹਮੇਸ਼ਾ ਚੰਗੇ ਰਾਹ ਲਾਊ ਸੰਗਤ ਨੂੰ। ਤੁਹਾਡਾ ਦੇਵੀ ਕਹਿਣਾ ਕਿਹੜਾ ਕੇਸ ਹੈ ਝੂਠਾ ਹੈ, ਫਿਰ ਵੀ ਜੇ ਫੈਸਲਾ ਆਉਂਦਾ? ਇਹ ਸਾਂਝੀ ਡੇਰਾ ਸਮਰਥਕ, ਜਿਨ੍ਹਾਂ ਦਾ ਕਹਿਣਾ ਕਿ ਅਸੀਂ ਸ਼ਾਂਤੀ ਦਾ ਸੰਦੇਸ਼ ਦਿੰਦੇ ਹਾਂ, ਤੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਫੈਸਲਾ ਉਹਨਾਂ ਦੇ ਹੱਕ ਵਿੱਚ ਹੀ ਆਏਗਾ, ਅਤੇ ਜੇ ਹੱਕ ਵਿੱਚ ਨਾ ਆਇਆ ਤਾਂ ਜੋ ਵੀ ਡੇਰਾ ਕਹੇਗਾ ਉਹ ਕਰਨ ਲਈ ਤਿਆਰ ਨੇ।
ਜਿਵੇਂ ਤੁਸੀਂ ਦੇਖਿਆ ਭਾਰੀ ਗਿਣਤੀ ਵਿੱਚ ਡੇਰਾ ਸਮਰਥਕ ਇੱਥੇ ਇਕੱਤਰ ਹੋ ਚੁੱਕੇ ਨੇ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲਗਭਗ 2 ਲੱਖ ਦੇ ਕਰੀਬ ਡੇਰਾ ਸਮਰਥਕ ਇੱਥੇ ਪਹੁੰਚ ਚੁੱਕੇ ਨੇ, ਇਸ ਲਈ ਸੁਰੱਖਿਆ ਦੇ ਜਿਹੜੇ ਪ੍ਰਬੰਧ ਨੇ ਉਹ ਵੀ ਪੁਖਤਾ ਕੀਤੇ ਗਏ ਨੇ। ਪੰਚਕੂਲਾ ਦੇ ਆਸ ਪਾਸ ਦੀਆਂ ਜੋ ਵੀ ਸੜਕਾਂ ਪੰਚਕੂਲਾ ਵਿੱਚ ਐਂਟਰ ਹੁੰਦੀਆਂ ਨੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ, ਉੱਥੇ ਨਾਕੇਬੰਦੀ ਕੀਤੀ ਗਈ ਹੈ, ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸੇ ਕਰਕੇ ਗੱਡੀਆਂ ਨੂੰ ਰੋਕਿਆ ਜਾ ਰਿਹਾ, ਜੋ ਸਾਬਿਤ ਹੁੰਦਾ ਹੈ ਕਿ ਡੇਰਾ ਸਮਰਥਕ ਨੇ ਉਹਨਾਂ ਦੀ ਗੱਡੀਆਂ ਨੂੰ ਉੱਥੇ ਰੋਕ ਲਿਆ ਜਾਂਦਾ ਹੈ। ਇਸੇ ਕਰਕੇ ਡੇਰਾ ਸਮਰਥਕ ਪੈਦਲ ਇੱਥੇ ਪਹੁੰਚ ਰਹੇ ਨੇ, ਬੱਚੇ, ਬਜ਼ੁਰਗ, ਔਰਤਾਂ ਸਾਰੇ ਇੱਥੇ ਪੈਦਲ ਹੀ ਪਹੁੰਚ ਰਹੇ ਨੇ। ਡੇਰੇ ਵੱਲੋਂ ਇਹ ਕਿਹਾ ਗਿਆ ਕਿ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ ਹੈ। ਸਮਰਥਕਾਂ ਦਾ ਕਹਿਣਾ ਕਿ ਅਸੀਂ ਇੱਥੇ ਸਿਰਫ ਆਪਣੇ ਗੁਰੂ ਜੀ ਕਰਕੇ ਪਹੁੰਚੇ ਹਾਂ, ਸਾਡਾ ਕੋਈ ਵੀ ਇੱਥੇ ਮਕਸਦ ਹੋ ਹੱਲਾ ਮਚਾਉਣਾ ਨਹੀਂ ਹੈ। ਫਿਲਹਾਲ ਕਈ ਇੱਥੇ ਕਾਫੀ ਭੜਕੇ ਹੋਏ ਵੀ ਨਜ਼ਰ ਆ ਰਹੇ ਨੇ, ਕਈ ਸ਼ਾਂਤੀ ਦਾ ਸੰਦੇਸ਼ ਦੇ ਰਹੇ ਨੇ। ਪੁਲਿਸ ਦਾ ਕਹਿਣਾ ਹੈ ਕਿ ਅਜੇ ਉਹ ਮੀਡੀਆ ਨਾਲ ਗੱਲ ਕਰਨ ਦੇ ਮੂਡ ਵਿੱਚ ਦਿਖਾਈ ਨਹੀਂ ਦੇ ਰਹੇ। ਉਹਨਾਂ ਦਾ ਕਹਿਣਾ ਹੈ ਕਿ ਬਾਅਦ ਵਿੱਚ ਜੋ ਮੀਡੀਆ ਨੂੰ ਸੰਬੋਧਨ ਕੀਤਾ ਜਾਏਗਾ। ਦ ਪੰਜਾਬ ਟੀਵੀ।